गाड़ी में हम लोग चलाते चलाते सुनते हैं पंजाबी फुल वॉल्यूम ओनली पंजाबी सॉन्ग्स फुल वाइब लिरिक्स भी आता पूरा सॉन्ग में हाँ जी गुड मॉर्निंग जी अज सानू तुरिया नू छेवां दिन हो गया छेवां दिन चढ़ गया मतलब ਅਤੇ ਹੁਣ ਬਸ ਕਰਦੇ ਹਾਂ ਸਮਾਨ ਸਮੂਨ ਜੇ ਕਰੀ ਵੀ ਨੇ ਸਮਾਨ ਤਾਂ ਇੱਥੇ ਰੱਖ ਕੇ ਜਾਵਾਂਗੇ ਪੈਂਗੋਂਗ ਲੇ ਕੇ ਜਾਣਾ ਪਾ ਪੈਂਗੋਂਗ ਲੇ ਕੇ ਹੈਗੇ ਇੱਥੋਂ ਕੋਈ 270 ਕੁ ਕਿਲੋਮੀਟਰ ਅਤੇ ਸਮਾਨ ਸਮੂਨ ਇੱਥੇ ਰੱਖ ਜਾਵਾਂਗੇ ਕਿਉਂ ਵਾਪਸ ਅਸੀਂ ਇਸੇ ਰਸਤੇ 'ਤੇ ਆਉਣਾ ਅਤੇ ਪੈਂਗੋਂਗ ਅਤੇ ਨੁਬਰਾ ਵੈਲੀ ਅਤੇ ਕਰਨੇ ਆ ਸਫਰ ਸਟਾਰਟ ਬ੍ਰੇਕਫਾਸਟ ਵਗੈਰਾ ਵੇਖਦੇ ਹਾਂ ਇੱਥੇ ਖਾਣਾ ਗਰਾਜ ਕਰਨਾ ਇੱਥੇ ਠੀਕ ਸੀਗਾ ਸੌਣ 'ਚ ਵੈਸੇ ਦਿੱਕਤ ਨਹੀਂ ਸੀ ਕੋਈ ਪਾਂਗ ਵਾਰ ਵਾਰ ਯਾਦ ਆ ਜਾਂਦਾ ਇੱਕ ਅਤੇ ਚਲੋ ਜੀ ਮਿਲਦੇ ਹਾਂ ਫਿਰ ਜਦੋਂ ਸ਼ੁਰੂ ਕਰਦੇ ਹਾਂ ਸਫ਼ਰ ਅੱਜ ਦਾ ਲੇਹ ਹੁੰਦੇ ਜਾ ਹਜੇ ਇੱਥੋਂ ਤੁਰਨ ਲੱਗਿਆ ਹੁਣ ਆਪਾਂ ਲੇਹ ਦੇ ਹੋਟਲ 'ਚੋਂ ਆਹ ਹੋਟਲ ਦੀ ਬਾਹਰੋਂ ਉਹਨਾਂ ਦੇ ਬਣਾਏ ਹੋਏ ਆ ਗਾਰਡਨ ਦੇ ਛੋਟਾ ਜਿਹਾ ਬਹੁਤ ਘੈਂਟ ਅਤੇ ਇੱਥੋਂ ਆਪਾਂ ਚੱਲੇ ਹੁਣ ਪੈਂਗੋਂਗ ਆਇਆ ਕਾਰਥੂਲਾ ਹੋਏ ਇੱਕ ਪਾਸ ਉੱਥੇ ਹੁੰਦੇ ਹੋਏ ਜਾਵਾਂਗੇ ਰਾਜਪੁਰ ਉੱਥੇ ਜਾ ਕੇ ਕਰਦੇ ਹਾਂ ਗੱਲਬਾਤ ਇੱਥੇ ਕਰੀ ਇੱਕ ਆਪਾਂ ਹੁਣ ਬਾਜ਼ਾਰ 'ਚ ਆਏ ਹਾਂ ਅਤੇ ਇਹ ਸੀ ਵੀ ਉਹ ਮੋਟਰਸਾਈਕਲ ਇੱਕ ਵਾਰੀ ਚੈੱਕ ਚੁੱਕ ਜਿਹਾ ਕਰਾ ਲਈਏ ਕਿਉਂ ਵਾਹਵਾ ਚੌਖਾ ਮੋਟਰਸਾਈਕਲ 1000 ਕਿਲੋਮੀਟਰ ਦੇ ਕਰੀਬ ਚੱਲ ਗਿਆ ਵੀ ਇੱਕ ਵਾਰੀ ਇੰਜਨ ਆਇਲ ਮਗਾਇਲ ਮਗਲੂ ਅਤੇ ਮਿਸਤਰੀ ਤੋਂ ਹੱਥ ਜਾਓ ਕਰਾ ਦਈਏ ਅਤੇ ਇੱਧਰ ਆਏ ਸਾਂ ਅਤੇ ਰਾਹ ਦੇ ਵਿੱਚ ਲੇਹ ਸ਼ਹਿਰ 'ਚ ਹੀ ਹਾਂ ਜੀ ਆਪਾਂ ਆਹ ਦੇਖੋ ਮੇਨ ਸ਼ਹਿਰ ਹੈ ਅਤੇ ਆਹ ਚੀਜ਼ ਇੱਕ ਤੁਹਾਨੂੰ ਵਿਖਾਉਣੇ ਆ ਅਤੇ ਆਹ ਚੀਜ਼ ਇੱਕ ਵਿਖਾਉਣੇ ਤੁਹਾਨੂੰ ਆਹ ਦੇਖੋ ਪਿਛਲੇ ਟੂਰ 'ਤੇ ਗਏ ਸਾਂ ਆਪਾਂ ਉੱਥੇ ਦੇਹਰਾ ਟਰੈਕ 'ਤੇ ਉੱਤਰਾਖੰਡ 'ਚ ਉੱਤਰਕਾਸ਼ੀ ਤੋਂ ਅੱਗੇ ਉੱਥੇ ਵੀ ਮੂਸੇ ਵਾਲੇ ਦੀ ਗੱਲ ਹੁੰਦੀ ਸੀ ਉਹ ਮੁੰਡਾ ਸੀਗਾ ਜਿਹੜਾ ਨਾਲ ਆਪਣੇ ਵੀਡੀਓ ਜਿਹੜੀਆਂ ਆਪਾਂ ਪਾਈਆਂ ਪਿੱਛੇ ਤੁਸੀਂ ਵੇਖ ਸਕਦੇ ਉਹ ਗੱਲਾਂ ਕਰਦਾ ਸੀ ਮੂਸੇ ਵਾਲੇ ਦੇ ਗਾਣੇ ਸੁਣਦਾ ਪਿਆ ਸੀ ਅਤੇ ਉਹਨੂੰ ਪੁੱਛਿਆ ਵੀ ਉਹ ਵੀ ਕਹਿੰਦਾ ਸੀ ਮੇਰੇ 'ਤੇ ਇੱਥੇ ਅੱਗੇ ਮਕੈਨਿਕ ਕੋਲ ਆਏ ਆ ਇਹਨਾਂ ਦੇ ਵੀ ਉਹ ਵੇਖੋ ਬੜੀ ਦੂਰ ਦੂਰ ਤੱਕ ਪਹੁੰਚ ਕੀਤੀ ਸੀ ਵੈਸੇ ਅਤੇ ਹੁਣ ਮੋਟਰਸਾਈਕਲ ਵਿਖਾ ਕੇ ਇੱਥੋਂ ਫਿਰ ਨਿਕਲਦੇ ਹਾਂ ਅੱਗੇ ਫਿਰ ਤਾਂ ਉਨਾ ਉੱਚਾ ਉਚਾਈ ਦੇ ਹਿਸਾਬ ਨਾਲ ਹੀ ਦਿੱਕਤ ਆਉਂਦੀ ਪਾਂਗ 'ਚ ਤਾਂ ਸਾਨੂੰ ਵੈਸੇ ਸਾਹ ਹੁਣ ਵੱਟ ਗਿਆ ਸੀ ਸਾਰੀ ਰਾਤ ਅਸੀਂ ਸੁੱਤੇ ਨੇ ਕਿਵੇਂ ਆਪਾਂ ਜੀ ਲੇਹ ਤੋਂ ਚੱਲ ਕੇ ਅਤੇ ਪੈਟਰੋਲ ਪਟਰੋਲ ਲੈ ਕੇ ਵੈਸੇ ਕੋਈ ਆ ਵੀ ਜਾਂਦਾ ਆਪਣਾ ਮੋਟਰਸਾਈਕਲ ਤਾਂ ਪਰ ਫਿਰ ਵੀ ਸੋਚਿਆ ਵੀ ਰਿਸਕ ਕਰਨ ਲੈਣਾ ਤਾਂ ਪੈਟਰੋਲ ਕੈਰੀ ਕਰ ਹੀ ਲਿਆ ਆਪਾਂ ਅਤੇ ਆਹ ਇੱਕ ਥੋੜ੍ਹਾ ਅੱਗੇ ਆ ਕੇ ਲੇਹ ਤੋਂ ਕੋਈ ਮੇਰੇ ਖਿਆਲ 7-8 ਕੁ ਕਿਲੋਮੀਟਰ ਇੱਥੇ ਇੱਕ ਪੁਆਇੰਟ ਬਣਦਾ ਜਿੱਥੋਂ ਆਪਾਂ ਨੂੰ ਲੇਹ ਦਿਸਦਾ ਸਾਰਾ ਅਤੇ ਜੇ ਤੁਸੀਂ ਫੋਟੋ ਵਗੈਰਾ ਕਰਵਾਉਣੀ ਤਾਂ ਆਹ ਸਾਰਾ ਲੇਹ ਆ ਆਹ ਵੇਖੋ ਇਹ ਤੁਸੀਂ ਵੇਖੋਗੇ ਸਾਰਾ ਅਤੇ ਜਿਹੜੇ ਦਰਖਤ ਜੇ ਨੇ ਇਹ ਸਿਰਫ ਇੰਨੀ ਕੋਈ ਥਾਂ 'ਚ ਰਾਤ ਹੁਣ ਅੱਗੇ ਜਾਣਾ ਆਪਾਂ ਇੱਥੇ ਖਾਰਦੁੰਗਲਾ ਪਾਸ ਹੈ ਅੱਗੇ ਇੱਕ ਉਸ ਤੋਂ ਅੱਗੇ ਮਤਲਬ ਉਹ ਪੈਂਗੋਂਗ ਜਾਣ ਦੇ ਰਾਹ ਦੇ ਵਿੱਚ ਆਉਂਦੀ ਹੈ ਆਉਂਦਾ ਪਾਸ ਹੈ ਮਤਲਬ ਕਿ ਉਹ ਟੋਪ 'ਤੇ ਉਚਾਈ 'ਤੇ ਆ ਅਤੇ ਉੱਥੇ ਜਾ ਕੇ ਫਿਰ ਵਿਖਾਉਣੇ ਤੁਹਾਨੂੰ ਇੱਕ ਗੱਲ ਹੋਰ ਇਹ ਅਸੀਂ ਨਾ ਕੱਪੜੇ ਥੋੜ੍ਹੇ ਜ਼ਿਆਦਾ ਚੁੱਕ ਲਏ ਜਿਵੇਂ ਹੁੰਦਾ ਨਹੀਂ ਕਿ ਆਪਾਂ ਇੱਕ ਨਵੀਂ ਥਾਂ 'ਤੇ ਜਾਂਦੇ ਹਾਂ ਬੰਦਾ ਥੋੜ੍ਹਾ ਜਿਹਾ ਅੰਦਰ ਉਹਦੇ 'ਚ ਆਪਾਂ ਨੂੰ ਰਹਿੰਦੀ ਥੋੜ੍ਹੀ ਜਿਹੀ ਟੈਨਸ਼ਨ ਜੀ ਹੈ ਨਾ ਵਹਿਮ ਜਿਹਾ ਰਹਿੰਦਾ ਵੀ ਖੈਰ ਕੱਪੜੇ ਇੰਨੀ ਦੂਰ ਜਾਣਾ ਕੱਪੜੇ ਜ਼ਿਆਦਾ ਕੱਪੜੇ ਨਹੀਂ ਚੁੱਕਣ ਦਾ ਫਾਇਦਾ ਉਹ ਇੱਕ ਵੀਡੀਓ ਸਪੈਸ਼ਲ ਬਣਾਵਾਂਗੇ ਵੈਸੇ ਇਸ ਚੀਜ਼ ਦੇ ਬਾਰੇ ਕਿ ਕਿੰਨਾ ਕੁ ਸਮਾਨ ਜਾਂ ਕੀ ਮੋਟਰਸਾਈਕਲ ਬਾਰੇ ਦਿੱਕਤ ਆਈ ਕਿ ਨਹੀਂ ਆਈ ਸਾਰਾ ਕੁਝ ਦੱਸਾਂਗੇ ਉਹ ਐਂਡ ਦੇ ਵਿੱਚ ਇੱਕ ਆਪਾਂ ਟੂਰ ਤੋਂ ਬਾਅਦ ਕਿਉਂ ਹਜੇ ਆਪਣਾ ਟੂਰ ਥੋੜ੍ਹਾ ਲੰਮਾ ਇੱਥੋਂ ਆਪਾਂ ਪੈਂਗੋਂਗ ਜਾਣਾ ਪੈਂਗੋਂਗ ਤੋਂ ਬਾਅਦ ਕਸ਼ਮੀਰ ਜਾਣਾ ਕਾਰਗਿਲ ਦਰਾਸ ਹੁੰਦੇ ਹੋਏ ਇਸ ਤੋਂ ਬਾਅਦ ਅੱਜ ਅਸੀਂ ਰਵਾਂਗੇ ਉੱਥੇ ਪੈਂਗੋਂਗ
ਤੇ ਫਿਰ ਜਾਵਾਂਗੇ ਕਾਰਗਿਲ ਤੇ ਫਿਰ ਕਸ਼ਮੀਰ, ਕਸ਼ਮੀਰ 3-4 ਦਿਨ ਉੱਥੇ ਵੀ ਘੁੰਮ ਫਿਰ ਕੇ ਫਿਰ ਵਾਪਸ ਜਾਵਾਂਗੇ ਤੇ ਫਿਰ ਘਰ ਜਾ ਕੇ ਸਾਰੀ ਵੀਡੀਓ ਜਿਹੜੇ ਕੰਕਲੂਡ ਕਰਾਂਗੇ ਸਾਰਾ ਕੁਛ ਵੀ ਕਿਵੇਂ ਅਤੇ ਹੁਣ ਇੱਥੋਂ ਚੱਲਦੇ ਹਾਂ ਅਤੇ ਉੱਥੇ ਆਪਾਂ ਪਹੁੰਚਦੇ ਹਾਂ ਖਾਰਦੁੰਗਲਾ ਪਾਸ। ਇਹ ਖਾਰਦੁੰਗਲਾ ਪਾਸ ਹੈ, ਇਹ 17,982 ਫੁੱਟ ਦੀ ਉਚਾਈ 'ਤੇ ਆ ਅਤੇ ਇੱਥੇ ਮਤਲਬ ਜਦੋਂ ਆਪਾਂ ਆਉਣਾ ਬਾਹਲਾ ਚਿਰ ਨਹੀਂ ਰੁਕਣਾ, ਵੱਧ ਤੋਂ ਵੱਧ 5-4 ਮਿੰਟ, ਇਸ ਤੋਂ ਵੱਧ ਨਹੀਂ ਰੁਕਣਾ ਹੈਗਾ ਕਿਉਂਕਿ ਬਹੁਤ ਜ਼ਿਆਦਾ ਉਚਾਈ 'ਤੇ। ਇਸ ਤੋਂ ਬਾਅਦ ਆਪਾਂ ਥੱਲੇ ਨੂੰ ਜਾਣਾ ਅਤੇ ਪੈਂਗੋਂਗ ਬੱਸ, ਪੈਂਗੋਂਗ ਜਿਹੜੀ ਇਹਦੇ ਮੁਕਾਬਲੇ ਬਹੁਤ ਥੱਲੇ ਆ, ਇਹ ਬਹੁਤ ਉਚਾਈ 'ਤੇ ਆ, ਮਤਲਬ ਬਰਫ਼ ਵਾਲੇ ਪਹਾੜ ਤਾਂ ਬੜੀ ਥੱਲੇ ਰਹਿ ਗਏ। ਇੱਥੇ ਬਰਫ਼ ਕਿਉਂ ਨਹੀਂ ਗੀ ਇਹ ਥੋੜ੍ਹਾ ਜਿਹਾ ਸਮਝ ਤੋਂ ਬਾਹਰ ਹੈ, ਤੁਹਾਨੂੰ ਮੈਂ ਬਰਫ਼ ਵਾਲੇ ਪਹਾੜ ਵਿਖਾ ਦਿੰਦਾ। ਇੱਕ ਉਹ ਗਲੇਸ਼ੀਅਰ ਵੇਖੋ ਸਾਹਮਣੇ, ਉਹ ਵਿੱਚ ਥੈਂਕ ਯੂ ਬਾਈ ਕਹਿੰਦਾ ਗੱਲਬਾਤ ਹੈ ਅਤੇ ਵੀ ਸਪਲੈਂਡਰ 'ਤੇ ਤੁਰਿਆ ਫਿਰਦਾ ਅਤੇ ਔਰ ਇਹ ਸਾਹਮਣੇ ਪਹਾੜ ਬਰਫ਼ ਵਾਲੇ। ਇਹ ਹਜੇ ਉੱਚੇ ਨੇ, ਪਿੱਛੇ ਕਈ ਥਾਵਾਂ 'ਤੇ, ਬਸ ਉੱਥੇ ਸੀ ਵੀ ਮੋਬਾਈਲ ਚਲਾ ਨਹੀਂ ਸਕਦਾ ਮੈਂ, ਸਾਹ ਦੀ ਦਿੱਕਤ ਸੀ। ਹੁਣ ਇੱਥੇ ਇੱਕ ਦੋ ਗੋਲੀ ਲੈਂਦੇ ਨਾਲੇ, ਆਪਾਂ ਕੈਰੀ ਕੀਤੀ ਸੀ ਡਾਇਮੋਕਸ ਦੀ, ਉਹ ਖਾਂਦੇ ਹਾਂ ਫਿਰ ਥੋੜ੍ਹਾ ਠੀਕ ਹੋ ਜਾਵਾਂਗੇ। ਅਤੇ ਚੜ੍ਹਨ ਲੱਗ ਗਿਆ ਸਾਹ ਕਿ ਸਾਨੂੰ 6-7 ਮਿੰਟ ਹੋ ਗਏ ਨੇ ਇੱਥੇ ਖਲੋਤਿਆਂ ਨੂੰ। ਅਤੇ ਇਸ ਤੋਂ ਬਾਅਦ ਬਸ ਹੁਣ ਆਪਾਂ ਪੈਂਗੋਂਗ ਹੀ ਜਾਣਾ ਅਤੇ ਮਿਲਦੇ ਹਾਂ ਉੱਥੇ, ਪੈਂਗੋਂਗ ਮਿਲਾਂਗੇ ਜੇ ਕੋਈ ਰਾਹ 'ਚ ਹੋਰ ਵਧੀਆ ਥਾਂ ਆਈ ਜਾਂ ਲੇਟ ਲੂਟ ਹੁੰਦੇ ਕਿਤੇ ਰਹਿਣਾ ਪਿਆ, ਕੋਈ ਰਹਿਣ ਯੋਗ ਥਾਂ ਮਿਲੀ ਅਤੇ ਉੱਥੇ ਰੁਕਦੇ ਹਾਂ ਫਿਰ। ਕੋਸ਼ਿਸ਼ ਤਾਂ ਇਹ ਹੋਏਗੀ ਪੈਂਗੋਂਗ ਪਹੁੰਚੀ ਕਿਉਂਕਿ ਉੱਥੇ ਆਕਸੀਜਨ ਦੀ ਇੰਨੀ ਦਿੱਕਤ ਨਹੀਂ ਹੈਗੀ, ਜੇ ਰਾਹ 'ਚ ਵੀ ਕੋਈ ਚੰਗੀ ਥਾਂ ਮਿਲੀ ਜਿੱਥੇ ਆਕਸੀਜਨ ਦਿੱਕਤ ਨਾ ਹੋਏ, ਨਹੀਂ ਫਿਰ ਉੱਥੇ ਰੁਕਾਂਗੇ। ਚੰਗਾ ਜੀ, ਜੁੜੇ ਰਹੋ, ਕਰਦੇ ਹਾਂ ਅਗਲੀ ਗੱਲ ਫਿਰ ਅੱਗੇ ਦਾ। ਸਾਹ ਬੜਾ ਚੜ੍ਹਨ ਲੱਗ ਗਿਆ ਬਾਈ ਹੁਣੀ ਮਿਲੇ ਨੇ ਇੱਥੇ। ਇਹ ਜਗ੍ਹਾ ਕੌਣ ਸਾ? ਨੌਰਥ ਪੁੱਲੂ, ਨੌਰਥ ਪੁੱਲੂ ਜਗ੍ਹਾ ਹੈ ਇੱਕ, ਅਤੇ ਇਹ ਹੈਗਾ ਉੱਥੋਂ ਉਹ ਜਿਹੜੇ ਪਾਸ ਤੋਂ ਆਪਾਂ ਹੁਣ ਆਏ ਸੀਗੇ, ਉਹ ਕਿਹੜਾ ਪਾਸ ਸੀ ਯਾਰ, ਕਿਤੇ ਮੈਂ ਭੁੱਲ ਜਾਂਦਾ ਪਾਸ ਕਿਹੜਾ ਸੀ ਜਿੱਥੇ ਆਪਾਂ ਰੁਕੇ ਸਨ। ਹੈਂ ਖਰਦੁੰਗਲਾ ਪਾਸ, ਉੱਥੋਂ ਥੋੜ੍ਹੀ ਅੱਗੇ ਆ, ਕੋਈ 20-25 ਕਿਲੋਮੀਟਰ ਹੋਣਾ। ਇੱਥੇ ਬਾਈ ਹੁਣੀ ਮਿਲੇ ਨੇ, ਆਸਾਮ ਤੋਂ ਆਏ ਨੇ, ਇਹ ਪੰਜਾਬੀ ਗਾਣੇ ਸੁਣਦੇ ਪਏ ਨੇ, ਏ ਪੀ ਢਿੱਲੋਂ ਦੇ ਗਾਣੇ ਸੁਣਦੇ ਪਏ ਨੇ ਅਤੇ ਸਿੱਧੂ ਮੂਸੇਵਾਲੇ ਦੇ। ਇਸ ਕੋ ਥੋੜ੍ਹਾ ਪੌਜ਼ ਕਰੋ ਤੋਂ ਬਾਅਦ ਮੈਂ ਆ ਜਾਤਾ, ਇਸ ਕੀ ਦਿੱਕਤ ਆ ਜਾਤੀ। ਔਰ ਸਿੱਧੂ ਮੂਸੇਵਾਲੇ ਦੇ ਗਾਣੇ ਵੀ ਸੁਣਦੇ ਨੇ, ਮੈਂ ਪੁੱਛਿਆ ਬਾਈ ਨੂੰ, ਮੈਂ ਕਿਹਾ ਵੀ ਸਿੱਧੂ ਮੂਸੇਵਾਲਾ, ਕਹਿੰਦਾ ਬਹੁਤ ਸੁਣਦੇ ਆ ਸਿੱਧੂ ਮੂਸੇਵਾਲਾ। ਅਤੇ ਆਸਾਮ ਤੱਕ ਮਤਲਬ ਕਿ ਬੰਦੇ ਦੀ ਪਹੁੰਚ ਹੈ ਹਨਾ, ਕੁਛ ਕਹਿਣਾ ਮਤਲਬ ਕਿ ਪੂਰੀ ਸਿੱਧੂ ਨੂੰ ਮਤਲਬ ਸੁਣਦਾ ਆਪ ਅਕੇਲੇ ਉਹ ਐਸੇ ਸੁਣਨੇ ਵਾਲੇ ਜਾਂ ਬਹੁਤ ਕਮ ਲੋਕ ਹੈ ਜਾਂ ਬਹੁਤ ਜ਼ਿਆਦਾ? ਨਹੀਂ ਨਹੀਂ ਬਹੁਤ ਜ਼ਿਆਦਾ, ਸਭ ਲੋਕ ਸੁਣਦੇ ਉਹਦੇ ਕੋਲ, ਕੋਈ ਵੀ ਪਾਰਟੀ ਹੋ, ਬਰਥਡੇ ਪਾਰਟੀ ਹੋ, ਕੁਛ ਵੀ ਹੋ, ਗਾੜੀ ਮੈਂ ਹਮ ਲੋਕ ਚਲਾਤੇ ਸੁਣਦੇ ਪੰਜਾਬੀ, ਫੁੱਲ ਵੋਲਿਊਮ, ਓਨਲੀ ਪੰਜਾਬੀ ਸੌਂਗਸ, ਫੁੱਲ ਵਾਈਬ। ਲਿਰਿਕਸ ਵੀ ਆਤਾ ਪੂਰਾ ਸਮਝ, ਬੜੀ ਅਸਰ, ਲਿਰਿਕਸ ਵੀ ਕਹਿੰਦੇ ਨੇ ਪੂਰਾ ਸਮਝ। ਭਾਈ ਆਪ ਬੰਗਲੌਰ ਸੇ ਹੋ? ਹਾਂ ਬੰਗਲੌਰ ਸੇ। ਆਪ ਸੁਣਤੇ ਹੋ ਕਭੀ? ਹਾਂ ਸੁਣਤੇ ਨਹੀਂ ਪਰ ਨਾਮ ਤਾਂ ਸੁਣਾ ਹੈ। ਨਾਮ ਸੁਣਾ ਹੈ, ਨਾਮ ਤਾਂ ਸੁਣਾ ਹੈ, ਇਤਨਾ ਅਚੀਵ ਕੀਆ ਤਾਂ ਸੁਣਾ ਹੀ ਪੜੇਗਾ। ਉਮਰ ਬਹੁਤ ਕਮ ਥੀ, ਅਭੀ 27 ਸਾਲ ਕਾ ਥਾ ਵੋ, ਔਰ 23 ਸਾਲ ਕਾ ਥਾ ਜਬ ਵੋ ਮਤਲਬ ਫੇਮਸ ਹੋ ਚੁਕਾ ਥਾ। ਚਲੋ ਧਮਕ ਹੈ ਪੂਰੀ ਭਾਈ ਜੱਟ ਦੀ, ਬਹੁਤ ਦੂਰ ਦੂਰ ਤੱਕ। ਅਭੀ ਉਸਕਾ ਨਾ ਉਸਕੇ ਫਾਦਰ ਸਾਹਿਬ ਨੇ ਯੇ 25 ਆਜ 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 ਸ਼ਾਮ 4 ਵਜੇ ਕੈਂਡਲ ਮਾਰਚ ਰੱਖਾ ਉਹਨੇ ਮਾਨਸਾ ਮੇਂ, ਓਕੇ, ਉਸਕੇ ਜਹਾਂ ਕਾ ਵੋ ਥਾ ਮਾਨਸਾ ਕਾ, ਤੋ ਮਤਲਬ ਕਿ ਕੈਂਡਲ ਮਾਰਚ ਹੈ ਮਤਲਬ ਜਸਟਿਸ ਕੇ ਲੀਏ, ਤੋ ਉਹਨੇ ਯੇ ਵੀ ਬੋਲਾ ਕਿ ਅਗਰ ਆਪ ਵਹਾਂ ਨਹੀਂ ਆ ਸਕਤੇ ਤੋ ਆਪ ਜਹਾਂ ਜਾਏ ਤੋ ਵਹਾਂ ਕੈਂਡਲ ਮਾਰਚ ਕਰ ਸਕਤੇ ਹੋ, ਤੋ ਆਜ ਬਹੁਤ ਜਗ੍ਹਾ ਪੇ ਹੋਣੇ ਵਾਲਾ ਹੈ ਯੇ। ਜਿਸ ਦਿਨ ਉਸਕਾ ਆਪਨੇ ਨਿਊਜ਼ ਮੇਂ ਦੇਖਾ ਹੋਗਾ, ਜਿਸ ਦਿਨ ਉਸਕਾ ਵੋ ਥਾ ਭੋਗ ਥਾ ਜੈਸੇ ਆਪ ਚੌਥਾ ਬੋਲਦੇ ਤੁਸੀਂ, ਬਹੁਤ ਭੀੜ ਥੀ, ਬਹੁਤ ਭੀੜ ਥੀ, ਇੰਸਟਾਗ੍ਰਾਮ ਮੇਂ ਵੀ ਦੇਖੀ, ਇੰਸਟਾਗ੍ਰਾਮ ਮੇਂ ਵੀ। ਗਲਾਸ ਗਲਾਸ ਆਮਲੇਟ ਲਿਆ ਇੱਥੇ ਆਪਾਂ ਬਹਿ ਕੇ ਰੋਟੀ ਖਾਂਦੇ ਪਏ, ਸਵੇਰ ਤਾਂ ਖਾਧਾ ਨਹੀਂ ਸੀ ਕੁਛ, ਅਤੇ ਸੋਚਿਆ ਕੁਛ ਖਾ ਲਈਏ। ਆਮਲੇਟ ਇੱਥੇ 80 ਰੁਪਈਏ ਦਾ, ਅਤੇ ਜੇ ਤੁਸੀਂ ਨਹੀਂ ਆਮਲੇਟ ਖਾਂਦੇ ਤਾਂ ਫਿਰ ਮੈਗੀ ਖਾ ਲਓ, ਮੈਗੀ ਨਹੀਂ ਖਾਣੀ ਚੌਲ ਖਾ ਲਓ, ਚੌਲਾਂ ਦੀ ਪਲੇਟ ਹੈ 200 ਰੁਪਈਏ ਦੀ। ਕਿੰਨੇ ਦੀ ਪਲੇਟ ਹੈ? 200 ਦੀ। ਅਤੇ ਜੇ ਕੁਛ ਨਹੀਂ ਆਰਾਮ ਨਾਲ ਖਾ ਲਓ, ਹੁਣ ਤਾਂ ਹੋ ਗਿਆ, ਬੰਦੇ ਰੁਕ ਹੀ ਗਏ 200 ਨਾਲ ਸੁਣ ਕੇ, ਅਤੇ ਉਹਨੇ ਸਵਾਦ ਵੀ ਨਹੀਂ ਲੱਗਿਆ ਇਹਨਾਂ ਨੂੰ।
ਚੰਗੇ ਲੱਗੇ ਜਦੋਂ ਦਾ 200 ਸੁਣੇ ਹੁਣ ਜਮਾ ਹੀ ਗੱਲ ਗਈ ਆਮਲੇਟ ਪਰ ਬਹੁਤ ਸਵਾਦ ਹੈ ਆਪਾਂ ਚੰਗੇ ਰਹਿ ਗਏ ਹਾਂਜੀ ਚੱਲਦੇ ਚੱਲਦੇ ਪਹੁੰਚ ਗਏ ਆਪਾਂ ਇੱਕ ਜਗ੍ਹਾ ਇਹ ਹੈਗੀ ਹੁੰਦਰ ਹੈ ਆਪਣੇ ਸ਼ਡਿਊਲ ਦੇ ਵਿੱਚ ਤਾਂ ਨਹੀਂ ਸੀ ਹੈਗੀ ਸੈੱਟ ਕੀਤੀ ਬਟ ਪੈਂਗੋਂਗ ਜਾਣਾ ਸੀ ਤਾਂ ਲੇਟ ਹੁੰਦੇ ਪਏ ਸੀ ਪੈਂਗੋਂਗ ਤੱਕ ਮਤਲਬ ਨਹੀਂ ਸੀ ਪਹੁੰਚ ਸਕਦੇ ਫਿਰ ਸਟੇ ਕਰਨੀ ਹੈ ਕਰਨ ਵਾਸਤੇ ਸੋਚਿਆ ਕਿ ਚੰਗੀ ਜਗ੍ਹਾ 'ਤੇ ਕਰੀਏ ਕਿਉਂ ਰਾਹ 'ਚ ਕਿਸੇ ਪਿੰਡ 'ਚ ਕਰਨੀ ਅਤੇ ਤੁਹਾਨੂੰ ਵਿਖਾਉਣਾ ਮੈਂ ਕਿੱਥੇ ਆਇਆ ਹੁਣ ਇਹ ਆਹ ਵੇਖੋ ਇਹ ਹੈਗੀ ਆ ਹੁੰਦਰ ਅਤੇ ਆਓ ਵੇਖੋ ਗੱਡੀਆਂ ਖੜੀਆਂ ਤੁਹਾਨੂੰ ਦੇਖਦੀਆਂ ਹੁਣ ਅਤੇ ਇੱਥੇ ਬੜਾ ਕੁਛ ਹੁਣ ਟਾਈਮ ਹੋ ਗਿਆ 6:30 ਦਾ ਅਤੇ ਜਾ ਕੇ ਤੁਹਾਨੂੰ ਵਿਖਾਉਣਾ ਛੇਤੀ ਪਹੁੰਚ ਕੇ ਇੱਥੇ ਫਿਰ ਕਰਨੇ ਅਗਲੀ ਗੱਲ ਅਤੇ ਜੀ ਹਾਂ ਉੱਤੋਂ ਜਿਹੜੀ ਤੁਹਾਨੂੰ ਮੈਂ ਚੀਜ਼ ਵਿਖਾਈ ਸੀ ਉੱਤੋਂ ਸ਼ਾਇਦ ਦਿਖੀ ਹੋਵੇ ਨਾ ਦਿਖੀ ਹੋਵੇ ਹੁਣ ਵਿਖਾਉਣਾ ਤੁਹਾਨੂੰ ਕਿੱਥੇ ਆਏ ਆਪਾਂ ਇਹ ਆਹ ਵੇਖੋ ਹੋ ਹੋ ਬਹੁਤ ਸੋਹਣੀ ਜਗ੍ਹਾ ਬਹੁਤ ਸੋਹਣੀ ਜਗ੍ਹਾ ਅਸਲ ਦੇ ਵਿੱਚ ਗੱਲ ਕੀ ਹੋਈ ਆਪਾਂ ਕਿਉਂ ਪੈਂਗੋਂਗ ਜਾਣਾ ਸੀਗਾ ਸਿੱਧਾ ਲੇਹ ਤੋਂ ਪਰ ਉੱਥੇ ਪੈਂਗੋਂਗ ਜਦੋਂ ਆਪਾਂ ਜਾਂਦੇ ਹਾਂ ਨਾ ਸ਼ਾਮ ਦੀ ਮਤਲਬ ਸਾਨੂੰ 4:00 ਵੱਜ ਗਏ ਸਨ ਕਰੀਬ ਰਸਤੇ 'ਚ ਜਿੱਥੋਂ 2 ਰਾਹ ਮੁੜਦੇ ਸਨ ਅਤੇ ਇੱਕ ਪੈਂਗੋਂਗ ਲੇਕ ਨੂੰ ਜਾਂਦਾ ਸੀ ਅਤੇ ਇੱਕ ਇੱਧਰ ਨੂੰ ਮੁੜਦਾ ਸੀਗਾ ਮਤਲਬ ਆਪਾਂ ਸਟੇਅ ਕਰ ਸਕਦੇ ਸੀ ਪੈਂਗੋਂਗ ਫਿਰ ਕੈਂਸਲ ਕੀਤਾ ਕਿਉਂ ਉੱਥੇ ਆਕਸੀਜਨ ਦੀ ਵੀ ਕਮੀ ਹੈ ਰਾਤ ਰਹਿਣਾ ਕਿਉਂ ਪਾਂਗ ਦੇ ਵਿੱਚ ਸਾਡੀ ਜੋ ਹਾਲਤ ਹੋਈ ਸੀ ਪਾਂਗ ਦੇ ਵਿੱਚ ਜੋ ਆਪਣੀ ਹਾਲਤ ਹੋਈ ਸੀ ਅਤੇ ਉਹਦੇ ਕਰਕੇ ਡਰ ਲੱਗਦਾ ਵੀ ਨਹੀਂ ਸੇਫ ਜਗ੍ਹਾ 'ਤੇ ਰਹਿਣਾ ਇੱਥੇ ਆਕਸੀਜਨ ਠੀਕ ਹੈ ਮੈਂ ਥੋੜ੍ਹੀ ਚੜ੍ਹਾਈ ਚੜ੍ਹਦਾ ਪਿਆ ਤਾਂ ਹਾਸਾ ਚੜ੍ਹਦਾ ਪਿਆ ਅਤੇ ਉਹ ਰਿਸਕ ਨਹੀਂ ਸੀ ਲੈਣਾ ਚਾਹੁੰਦਾ ਮੈਂ ਫਿਰ ਆਪਾਂ ਉੱਥੋਂ ਥੋੜ੍ਹਾ ਇੱਧਰ ਮੁੜ ਗਏ ਅੱਗੇ ਜਗ੍ਹਾ ਆਈ ਸੀ ਇੱਕ ਖਰਸਲ ਉਹ ਸੀ ਉੱਥੋਂ ਮਤਲਬ ਜਿਹੜੇ ਮੋੜ ਤੋਂ ਪਾਂਗ ਰਾਹ ਜਾਂਦਾ ਸੀ ਕਿੱਧਰ ਨੂੰ ਉੱਥੋਂ ਸਿਰਫ 4 ਕਿਲੋਮੀਟਰ ਉੱਥੇ ਇੱਕ ਦੋ ਬੰਦੇ ਲੋਕਲ ਦੇ ਸੀ ਕਹਿੰਦੇ ਇੱਕ ਅੱਧੇ ਨੇ ਕਿਹਾ ਵੀ ਰਹਿ ਜਾਓ ਇੱਥੇ ਉਹਦਾ ਹੋਟਲ ਸੀ ਅਤੇ ਮਾੜਾ ਜਿਹਾ ਸੋਚਿਆ ਹੀ ਸੀ ਰਹਿਣ ਦਾ ਬਟ ਫਿਰ ਸੋਚਿਆ ਨਹੀਂ ਯਾਰ ਹੁੰਦਰ ਅੱਗੇ ਨੁਬਰਾ ਬਹੁਤ ਮਸ਼ਹੂਰ ਜਿਹਾ ਵੀ ਉੱਥੇ ਹੀ ਚੱਲ ਰਹੇ ਹਾਂ ਕਰਦੇ ਕਰਦੇ ਆਪਾਂ ਆ ਗਏ ਅਤੇ ਵਾਕਈ 30 ਕਿਲੋਮੀਟਰ ਅੱਗੇ ਆ ਉਸ ਮੋੜ ਤੋਂ ਮਤਲਬ 30 ਕਿਲੋਮੀਟਰ ਆਪਾਂ ਅੱਗੇ ਆਏ ਅਤੇ ਆਪਾਂ ਨੂੰ 60 ਕਿਲੋਮੀਟਰ ਦਾ ਵਾਲਾ ਪਿਆ ਜ਼ਰੂਰ ਮਤਲਬ ਐਕਸਟਰਾ ਪਰ ਦੁਖਿਆ ਨਹੀਂ ਬਿਲਕੁਲ ਵੀ ਜੇ ਨਾ ਆ ਕੇ ਗਿਆ ਹੁੰਦਾ ਫਿਰ ਲੱਗਣਾ ਸੀ ਵੀ ਯਾਰ ਹਾਂ ਗਲਤ ਚੀਜ਼ ਛੱਡਤੀ ਮਿਸਟੇਕ ਹੋ ਕਿਉਂ ਆਪਾਂ ਰੋਜ਼ ਰੋਜ਼ ਇੰਨੀ ਦੂਰ ਆ ਵੀ ਨਹੀਂ ਨਾ ਸਕਦੇ ਅਤੇ ਇੱਕ ਹੋਰ ਚੀਜ਼ ਵਿਖਾਉਂਦੇ ਤੁਹਾਨੂੰ ਇੱਥੇ ਉਹ ਵੇਖੋ ਹਜੇ ਦੂਰ ਹੈ ਉਹਨਾਂ ਚਿਰ ਹਾਂ ਇੱਥੇ ਤੀਰ ਅੰਦਾਜ਼ੀ ਚੱਲਦੀ ਵੀ ਅਤੇ ਚਲੋ ਫਿਰ ਤਾਂ ਪੰਜਾਬੀ ਯੂਨੀਵਰਸਿਟੀ 'ਚ ਬਹੁਤ ਚੱਲਦੀ ਹੈ ਮਤਲਬ ਆਲੇ ਦੁਆਲੇ ਤੁਸੀਂ ਆਲੇ ਦੁਆਲੇ ਦਾ ਮਾਹੌਲ ਵੇਖੋ ਅਤੇ ਵਿਚਕਾਰ ਇਹ ਵੈਲੀ ਕਿਆ ਬਾਤ ਹੈ ਇੰਨਾ ਜੀ ਲੱਗਦਾ ਬਹੁਤ ਜੀ ਲੱਗਦਾ ਵੈਸੇ ਜੀ ਲੱਗ ਜਾਂਦਾ ਆਪਣਾ ਹਰੇਕ ਥਾਂ 'ਤੇ ਲਾ ਲੈਂਦੇ ਹਾਂ ਪਰ ਇੱਥੇ ਗੱਲ ਵੱਖਰੀ ਹੈ ਥੋੜ੍ਹੀ ਇੱਥੇ ਊਂਠ ਜੇ ਵੀ ਨੇ ਇਹਨਾਂ 'ਤੇ ਮਤਲਬ ਜੇ ਅਸੀਂ ਰਾਈਡ ਕਰਨਾ ਚਾਹੁੰਦੇ ਹੋ ਤਾਂ ਉਹ ਜਿਵੇਂ ਉਹ ਵੇਖੋ ਜਾਂਦੇ ਪਏ ਉੱਤੋਂ ਰੇਤ ਹੀ ਰੇਤ ਪਤਾ ਨਹੀਂ ਇੰਨੀ ਰੇਤ ਮਤਲਬ ਇੱਥੇ ਜਾਂ ਪਾਣੀ ਫਿਰ ਚੰਦਾ ਜਾਂ ਕੀ ਚੱਕਰ ਹੈ ਵੀ ਜਿਹੜੀ ਥਾਂ 'ਤੇ ਆਪਾਂ ਘੁੰਮਣੇ ਪਏ ਹਾਂ ਵੀ ਇੱਥੇ ਪਾਣੀ ਪੂਣੀ
ਆਉਂਦਾ ਕਿਸੇ ਸੀਜ਼ਨ 'ਚ ਜਾਂ ਕਿਵੇਂ ਵੀ ਉਦੋਂ ਰੇਤ ਇਕੱਠੀ ਹੋ ਜਾਂਦੀ ਹੈਗੀ ਚੱਕਰ ਹੈ ਉਹ ਰੇਤ ਹੀ ਉਹੀ ਜਿਹੜੀ ਆਪਾਂ ਮਕਾਨ ਮਕੂਨ ਬਣਾਉਣ 'ਚ ਸੀਮਿੰਟ 'ਚ ਲਾਉਂਦੇ ਹਾਂ ਜਿਹੜੀ ਸੇਮ ਉਹੀ ਰੇਤ ਅਤੇ ਆਹ ਵੇਖੋ ਆ ਊਂ ਫੇ ਪੈਸੇ ਪੂਸੇ ਪਤਾ ਨਹੀਂ ਕਿੰਨੇ ਰਹਿੰਦੇ ਨੇ ਪਰ ਆਪਾਂ ਕਰਨੀ ਕੋਈ ਊਂ ਡਰ ਜਿਹਾ ਲੱਗਦਾ ਇਹ ਊਂਠ ਵੀ ਕੁਛ ਵੱਖਰੇ ਜਾਂਦੇ ਉੱਧਰ ਨਾਲੋਂ ਓਬਵੀਅਸ ਹੋਣਗੇ ਇਹ ਬਰਫ 'ਚ ਰਹਿੰਦੇ ਨੇ ਰਾਜਸਥਾਨ ਨੇ ਜਿਹੜੇ ਉਹ ਗਰਮੀ ਦੇ ਵਿੱਚ ਰਹਿੰਦੇ ਨੇ ਬਹੁਤ ਸੈੱਟ ਜਗ੍ਹਾ ਯਾਰ ਲੋਕ ਬੜੇ ਰੇਤੇ ਟਿੱਪੇ ਜਾਂਦੇ ਘੁੰਮਦੇ ਪਏ ਨੇ ਬਾਬਾ ਦੂਰ ਆ ਗਿਆ ਆਪਣਾ ਮੋਟਰਸਾਈਕਲ ਉਹ ਉੱਥੇ ਖੜਾ ਉੱਥੇ ਰੇਤਾ ਜੀ 'ਤੇ ਜਾ ਕੇ 10 ਮਿੰਟ ਬਹਿੰਦੇ ਹਾਂ ਉਹ ਜਵਾਕ ਉੱਠਦਾ ਇਕੱਲੇ ਕੁੜੀ ਆ ਵੇਖਦੇ ਆ ਕਿੱਧਰ ਚੱਲਾਂ ਏ ਚੋਕਰੀ ਮਾਏਦੇ ਆ ਉਹ ਵੇਖੋ ਡਾਰਾਂ ਦੀਆਂ ਡਾਰਾਂ ਆਉਂਦੀਆਂ ਜੇ ਦਿਸਦੀਆਂ ਹੁਣ ਲਾਈਟਾਂ ਮੋਟਰਸਾਈਕਲਾਂ ਦੀਆਂ ਉੱਧਰੋਂ ਆਏ ਹਾਂ ਆਪਾਂ ਤੇ ਇਹ ਜਦੋਂ ਆਪਾਂ ਲੇਹ ਤੋਂ ਖਾਰਦੁੰਗਲਾ ਟੋਪ ਆਉਂਦਾ ਇੱਕ ਅਤੇ ਉੱਥੇ ਆਪਾਂ ਜਿਵੇਂ ਸ਼ਾਇਦ ਮੈਂ ਦੱਸਿਆ ਸੀ ਪਤਾ ਨਹੀਂ ਸੀ ਦੱਸਿਆ ਚੇਤਾ ਭੁੱਲ ਗਿਆ ਜ਼ਿਆਦਾਤਰ ਰੁਕ ਨਹੀਂ ਸੀ ਨਾ ਸਕਦੇ ਉੱਥੋਂ ਥੋੜ੍ਹੀ ਇਹ ਹੋਣਾ 70 ਕੁ ਕਿਲੋਮੀਟਰ ਇਹ ਜਗ੍ਹਾ ਇਹ ਵਾਲੀ ਹਾਂ 70 ਕੁ ਕਿਲੋਮੀਟਰ ਖਾਰਦੁੰਗਲਾ ਤੋਂ ਇਹ ਜਗ੍ਹਾ ਜਿਹੜੀ 70 ਕੁ ਕਿਲੋਮੀਟਰ ਹੈ ਅਤੇ ਮਤਲਬ ਜੇ ਅਸੀਂ ਪੈਂਗੋਂਗ ਜਾਣਾ ਨਾ ਇੱਥੇ ਇੱਕ ਰਾਤ ਜ਼ਰੂਰ ਸਟੇਅ ਕਰਿਓ ਰਹਿਣ ਰੂਣ ਦਾ ਪੁੱਛਿਆ ਆਪਾਂ ਉੱਥੋਂ ਕਹਿੰਦੇ ਸੀ ਵੀ 1000-1500 ਤੱਕ ਬਿਲਕੁਲ ਮਿਲ ਜਾਵੇਗਾ ਪਰ ਆਪਾਂ ਕੋਸ਼ਿਸ਼ ਇਹ ਕਰਨੀ ਹੈ ਕਿ ਵੀ ਜੇ 700-800 ਤੱਕ ਸਰਦਾ ਹੋਵੇ ਉਹ ਵੇਖਦੇ ਹਾਂ ਹੁਣ ਜਾ ਕੇ ਸਰਦਾ ਕਿ ਨਹੀਂ ਸਰਦਾ ਇਹ ਤਾਂ ਜੀ ਹੁਣ ਮਾਲਕ ਦੱਸਣਗੇ ਪਰ ਥਾਂ ਜਿਹੜੀ ਇਹਦੇ ਜੱਗ ਬਹੁਤ ਹੈ ਮਤਲਬ ਕਿ ਵੈਸੇ ਤਾਂ ਠੰਡ ਬਹੁਤ ਹੈ ਪਰ ਲੋਕੇਸ਼ਨ ਸਿਰਾ ਗੱਲਬਾਤ ਬਰੋ ਇੱਕ ਆਕਸੀਜਨ ਵਾਸਤੇ ਡਾਇਮੋਕਸ ਆਉਂਦੀ ਤੁਹਾਨੂੰ ਮੈਂ ਪਿਛਲੀ ਵੀ ਇੱਕ ਦੋ ਵੀਡੀਓ 'ਚ ਦੱਸਿਆ ਜ਼ਰੂਰ ਲੈ ਲਏ ਬੰਦਾ ਇੱਥੇ ਤਾਂ ਕੋਈ ਦਿੱਕਤ ਨਹੀਂ ਪਰ ਫਿਰ ਵੀ ਕੈਰੀ ਕਰਕੇ ਰੱਖੋ ਤਾਂ ਕੋਈ ਮਾੜੀ ਨਹੀਂ ਅੱਗੇ ਪੈਂਗੋਂਗ 'ਚ ਬੜੀ ਲੋੜ ਪਈ ਉਹਦੀ ਅਤੇ ਵੈਸੇ ਮੈਨੂੰ ਮੇਰੇ ਵੱਡੇ ਵੀਰ ਨੇ ਡਾਕਟਰ ਅਨੁਜ ਬੰਸਲ ਉਹਨਾਂ ਨੇ ਇੱਕ ਮੈਡੀਸਨ ਦਿੱਤੀ ਸੀ ਵੱਖਰੀ ਸੀ ਕੁਛ ਉਹ ਆਪ ਤਿਆਰ ਕਰਦੇ ਨੇ ਹੋਮਿਓਪੈਥੀ ਬਹੁਤ ਗੱਲਬਾਤ ਆ ਉਹ ਆਪਾਂ ਤਾਂ ਉਹ ਖਾ ਲਈਦੀਆਂ ਬਸ 8-10 ਘੰਟੇ ਬਾਅਦ 6 ਗੋਲੀਆਂ ਬਸ ਫਿਰ ਅਤੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਥੈਂਕ ਯੂ ਸੋ ਮੱਚ ਅਤੇ ਹੁਣ ਆ ਸੋਚਿਆ ਥੋੜ੍ਹੀ ਦੇਰ ਇੱਥੇ 5-10 ਮਿੰਟ 5 ਕੁ ਮਿੰਟ ਲੈਂਦੇ ਵਾਲੇ ਨਹੀਂ ਕਿਉਂ ਕਮਰਾ ਵਿਹਨੇ ਜਾ ਕੇ ਓਹੋ ਹੋਣ ਵਾਲਾ 7 ਵੱਜ ਗਏ ਹੋਣਗੇ ਸਰ ਮੇਰਾ ਟਾਈਮ ਕਿਤਨਾ ਹੋਇਆ ਦੇਖ 7 ਵੱਜ ਗਏ ਨੇ ਚਲੋ ਹੁਣ ਜਾਂਦੇ ਇੱਥੋਂ ਥੋੜ੍ਹੀ ਦੇਰ ਬਾਅਦ ਉੱਠ ਕੇ ਇਹਨੇ ਫਿਰ ਹੋਟਲ ਲੱਭਣੇ ਹੋਟਲ 'ਤੇ ਬਹਿ ਕੇ 2 ਗੱਲਾਂ ਕਰਕੇ ਫਿਰ ਸੌਵਾਂਗੇ ਫਿਰ ਸਵੇਰੇ ਨਿਕਲਾਂਗੇ ਅਸੀਂ ਵਾਪਸ ਆਉਂਦੇ ਪਏ ਇੱਥੋਂ ਆਹ ਹੋਵੇਗਾ ਟ੍ਰੇਨ ਹੀ ਆਉਂਦੀ ਹੋਈ ਇੱਕ ਊਂਠਾਂ ਦੀ ਟ੍ਰੇਨ ਇੱਕ ਉਹ ਆ ਗਈ ਉੱਧਰੋਂ ਹੁੰਦਰ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆ ਵੇਖ ਜਾਵੇ ਗੱਡੀਆਂ ਸੋਹਣੀਆਂ ਬੜੀਆਂ ਲੱਗਦੀਆਂ ਨੇ ਰੇਲ ਗੱਡੀਆਂ ਨੇ ਆਦੀਆਂ ਊਂਠਾਂ ਦੀਆਂ ਓਹੋ ਚਲੋ ਪਹੁੰਚਦੇ ਹਾਂ ਫਿਰ ਕਮਰੇ 'ਚ ਜਾ ਕੇ ਕਰਨੇ ਗੱਲਬਾਤ ਮਿਲਦਾ ਜਦੋਂ ਮਿਲਣ ਤੋਂ ਬਾਅਦ
रूम ले लिया अपन जाके विखावे तुहानू बहुत वधिया रूम मिलिया ते उस तो बाद बाहर थोड़ा घूमन फिरना जी सी घूमदे फिरदे आ विच राह च जगह मिल गई वो अपनी फेवरेट बार है ते रेट भी कोई ज़्यादा नहीं है बीयर 200 रुपये की आ वाली कैन है जो किंगफिशर का अपने महकमे वाले भरावों वास्ते मैं दस दी उन्होंने तो आप उत्थे अंदर ही हाँ तो माहौल क्या पता बहुत जबरदस्त सारे लोग वधिया अपना इंजॉय करते पे तो हाँ लेह दे विच एक गल दसनी भुल गया लेह दे विच बीयर ते दारू होर सस्ती उत्थे बीयर का कैन सिर्फ 90 रुपये का यूटी है ना लेह लद्दाख दे विच आउंदा तो ये तो फिर पैंदा तो शायद लद्दाख च ही है पर ਇਹ ਕਾਫੀ ਦੂਰ ਉੱਤੋਂ ਪਹਾੜਾਂ ਦੇ ਵਿੱਚ ਤਾਂ ਕਰਕੇ ਅਤੇ ਹੁਣ ਦਿਓ ਥੋੜ੍ਹੀ ਇਜਾਜ਼ਤ ਥੋੜ੍ਹੀ ਦੇਰ ਬਾਅਦ ਦੁਬਾਰਾ ਮੈਂ ਵੇਖਦਾ ਬਾਜ਼ਾਰ ਨੂੰ ਨਿਕਲਣਾ ਅਤੇ ਥੋੜ੍ਹਾ ਬਹੁਤ ਘੁੰਮ ਫਿਰ ਕੇ ਫਿਰ ਮੈਂ ਹਾਂਜੀ ਅਤੇ ਫਾਈਨਲੀ ਬਾਜ਼ਾਰ ਗਿਆ ਸੀ ਥੋੜ੍ਹਾ ਬਹੁਤ ਕੁਛ ਖਾ ਪੀ ਆਈਏ ਆਪਦੇ ਉਸ ਤੁਹਾਨੂੰ ਪਤਾ ਹੀ ਵੀ ਜਿੱਥੋਂ ਆਇਆ ਹੁਣ ਬਾਈ ਕਬੀਰ ਉੱਥੇ ਵੀ ਤੇ ਨਾਲ ਹੈ ਜਾਂ ਡਿਨਰ ਦੇ ਤਾਂ ਦੀਦੀ ਹੋਰਾਂ ਨੇ ਬਹੁਤ ਵਧੀਆ ਬੰਦੇ ਨੇ ਜਿੰਨਾ ਗੁਰੂ ਕਹੇ ਆਪਾਂ ਰੂਮ ਵੀ ਸਸਤਾ ਅਤੇ ਕੋਆਪਰੇਟਿਵ ਪੂਰਾ ਕਰਦੇ ਨੇ ਵਧੀਆ ਮੇਰੇ ਕੋਲ ਚਾਰਜਰ ਗਿਆ ਡਾਕਟਰ ਲੇਹ ਭੁੱਲਿਆ ਸੀ ਅਤੇ ਉਹ ਵਿਚਾਰੇ ਨੇ ਅੱਗੇ ਲਿਆ ਕੇ ਦਿੱਤਾ ਆਪਦੇ ਕਜ਼ਨ ਤੋਂ ਥੋੜ੍ਹੀ ਦੂਰ ਸੀਗਾ ਉਹਦਾ ਘਰ ਅਤੇ ਪਾਵਰ ਬੈਂਕ ਆਪਾਂ ਹੁਣ ਚਾਰਜ ਲਾ ਤਾ ਅਤੇ ਆ ਡਿਨਰ ਆ ਗਿਆ ਖਾ ਕੇ ਸੋਨੇ ਤਾਂ ਜੀ ਮਿਲਦੇ ਹਾਂ ਸਵੇਰੇ ਫਿਰ ਗੁੱਡ ਨਾਈਟ ਜੀ ਸਤਿ ਸ਼੍ਰੀ ਅਕਾਲ।